ਸਾਡਾ ਕਾਹਦਾ ਜੀਣਾ ਰਹਿ ਗਿਆ ਜਦੋਂ ਪੰਜਾਬ ਦੇ ਵਿੱਚ ਆ ਕੇ ਸਾਡੀ ਧੌਣ 'ਤੇ ਇੱਥੇ ਗੋਲੀ ਰੱਖ ਕੇ ਪਤਾ ਕੀ ਕਹਿੰਦੇ ਆ, ਕਹਿੰਦੇ ਨਾਲੇ ਤੁਹਾਨੂੰ ਪਿਆਵਾਂਗੇ ਜ਼ਹਿਰਾਂ, ਨਾਲੇ ਤੁਹਾਨੂੰ ਮਾਰਾਂਗੇ, ਨਾ ਤੁਹਾਨੂੰ ਸਾਹ ਕੱਢਣ ਦੇਣਾ, ਨਾ ਤੁਹਾਨੂੰ ਧਰਨਾ ਲਾਉਣ ਦੇਣਾ, ਨਾ ਤੁਹਾਨੂੰ ਬੰਨ ਮਾਰਨ ਦੇਣਾ, ਅਤੇ ਅਸੀਂ ਕਮਾਵਾਂਗੇ ਕਰੋੜਾਂ ਰੁਪਈਏ, ਆਪਦੇ ਪਰਿਵਾਰ ਪਾਲਾਂਗੇ ਅਤੇ ਤੁਹਾਡੇ ਪਰਿਵਾਰਾਂ ਨੂੰ ਦੇਵਾਂਗੇ ਜ਼ਹਿਰਾਂ। ਇਹ ਗੱਲ ਕੌਣ ਕਹਿ ਰਹੇ ਨੇ? ਲੁਧਿਆਣੇ ਦੇ ਵਿੱਚ ਜਿਹੜੀਆਂ ਡੈਂਗ ਫੈਕਟਰੀਆਂ ਦੇ ਮਾਲਕ ਨੇ, ਕਿਹਦੀ ਸਹਿ 'ਤੇ? ਸਰਕਾਰ ਦੀ ਸਹਿ 'ਤੇ। ਅਤੇ ਦੂਜੀ ਵੱਡੀ ਸਹਿ ਕਿਹਦੀ ਏ? ਕਹਿੰਦੇ ਜੇ ਤੁਸੀਂ ਬੰਨ ਮਾਰਨ ਆਓਗੇ ਨਾ 3 ਤਰੀਕ ਨੂੰ, ਤਾਂ ਅਸੀਂ 1 ਲੱਖ ਪ੍ਰਵਾਸੀ ਲਿਆ ਕੇ ਤੁਹਾਡੇ ਸਾਹਮਣੇ ਖੜਾ ਕਰ ਦਾਂਗੇ ਅਤੇ ਟਕਰਾਅ ਦੀ ਸਥਿਤੀ ਹੋਊਗੀ। ਅਤੇ ਪੰਜਾਬੀ ਹੁਣ ਵਿਗਾੜਿਆ ਗਿਆ, ਹੁਣ ਤੁਹਾਨੂੰ ਲਲਕਾਰ ਮਾਰੀ ਆ ਅਗਲਿਆਂ ਨੇ, ਕਹਿੰਦੇ ਜੇ ਆਉਂਗੇ ਤਾਂ ਪ੍ਰਵਾਸੀ ਮੂਹਰੇ ਖੜਾ ਕਰ ਦਾਂਗੇ ਅਤੇ ਤੁਹਾਨੂੰ ਬੰਨ ਮਾਰਨ ਨਹੀਂ ਦਿੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀਓ ਹੁਣ ਤਾਂ ਪੰਜਾਬ ਦੇ ਵਿੱਚ ਆ ਕੇ ਲਲਕਾਰਨ ਲੱਗ ਗਏ ਆ, ਸਾਡਾ ਕਾਹਦਾ ਜੀਣਾ ਰਹਿ ਗਿਆ ਜਦੋਂ ਪੰਜਾਬ ਦੇ ਵਿੱਚ ਆ ਕੇ ਸਾਡੀ ਧੌਣ 'ਤੇ ਇੱਥੇ ਗੋਲੀ ਰੱਖ ਕੇ ਪਤਾ ਕੀ ਕਹਿੰਦੇ ਆ, ਕਹਿੰਦੇ ਨਾਲੇ ਤੁਹਾਨੂੰ ਪਿਆਵਾਂਗੇ ਜ਼ਹਿਰਾਂ, ਨਾਲੇ ਤੁਹਾਨੂੰ ਮਾਰਾਂਗੇ, ਨਾ ਤੁਹਾਨੂੰ ਸਾਹ ਕੱਢਣ ਦੇਣਾ, ਨਾ ਤੁਹਾਨੂੰ ਧਰਨਾ ਲਾਉਣ ਦੇਣਾ, ਨਾ ਤੁਹਾਨੂੰ ਬੰਨ ਮਾਰਨ ਦੇਣਾ, ਅਤੇ ਅਸੀਂ ਕਮਾਵਾਂਗੇ ਕਰੋੜਾਂ ਰੁਪਈਏ, ਆਪਦੇ ਪਰਿਵਾਰ ਪਾਲਾਂਗੇ ਅਤੇ ਤੁਹਾਡੇ ਪਰਿਵਾਰਾਂ ਨੂੰ ਦੇਵਾਂਗੇ ਜ਼ਹਿਰਾਂ। ਇਹ ਗੱਲ ਕੌਣ ਕਹਿ ਰਹੇ ਨੇ? ਲੁਧਿਆਣੇ ਦੇ ਵਿੱਚ ਜਿਹੜੀਆਂ ਡੈਂਗ ਫੈਕਟਰੀਆਂ ਦੇ ਮਾਲਕ ਨੇ, ਕਿਹਦੀ ਸਹਿ 'ਤੇ? ਸਰਕਾਰ ਦੀ ਸਹਿ 'ਤੇ। ਅਤੇ ਦੂਜੀ ਵੱਡੀ ਸਹਿ ਕਿਹਦੀ ਏ? ਕਹਿੰਦੇ ਜੇ ਤੁਸੀਂ ਬੰਨ ਮਾਰਨ ਆਓਗੇ ਨਾ 3 ਤਰੀਕ ਨੂੰ, ਤਾਂ ਅਸੀਂ 1 ਲੱਖ ਪ੍ਰਵਾਸੀ ਲਿਆ ਕੇ ਤੁਹਾਡੇ ਸਾਹਮਣੇ ਖੜਾ ਕਰ ਦਾਂਗੇ ਅਤੇ ਟਕਰਾਅ ਦੀ ਸਥਿਤੀ ਹੋਊਗੀ। ਅਤੇ ਪੰਜਾਬੀ ਹੁਣ ਵਿਗਾੜਿਆ ਗਿਆ, ਹੁਣ ਤੁਹਾਨੂੰ ਲਲਕਾਰ ਮਾਰੀ ਆ ਅਗਲਿਆਂ ਨੇ, ਕਹਿੰਦੇ ਜੇ ਆਉਂਗੇ ਤਾਂ ਪ੍ਰਵਾਸੀ ਮੂਹਰੇ ਖੜਾ ਕਰ ਦਾਂਗੇ ਅਤੇ ਤੁਹਾਨੂੰ ਬੰਨ ਮਾਰਨ ਨਹੀਂ ਦਿੰਦੇ। ਹੁਣ ਪੰਜਾਬੀਓ ਗੱਲ ਇਹ ਸੋਚ ਲਿਓ, ਪਾਣੀ ਇਕੱਲਾ ਲੱਖਾਂ ਸਧਾਉਣਾ ਪੀਂਦਾ ਨੇ, ਪਾਣੀ ਇਕੱਲਾ ਨਾ ਮੈਂ ਪੀਵਾਂ, ਨਾ ਬਤੋਜਮਾਨ ਪੀਵੇ ਅਤੇ ਨਾ ਸਾਡੀ ਟੀਮ ਵਾਲੇ ਹੋਰ ਪੀਣ। ਪਾਣੀ ਪੀਂਦਾ ਪੂਰਾ ਪੰਜਾਬ। ਪੰਜਾਬੀਓ, ਕੈਂਸਰ ਹੋ ਰਿਹਾ ਤਾਂ ਪੂਰੇ ਪੰਜਾਬ ਨੂੰ, ਮਾਰਿਆ ਜਾ ਰਿਹਾ ਤਾਂ ਹਰ ਇੱਕ ਘਰ ਦਾ ਇਕੱਲਾ ਇਕੱਲਾ ਜੀ ਮਾਰਿਆ ਜਾ ਰਿਹਾ, ਕਾਲੇ ਪੀਲੀਏ ਨਾਲ, ਚਮੜੀ ਦੇ ਰੋਗਾਂ ਨਾਲ, ਹੋਰ ਵੱਖ ਵੱਖ ਬਿਮਾਰੀਆਂ ਦੇ ਨਾਲ। ਲੱਖਾਂ ਸਧਾਣਾ ਜਾਂ ਬਤੋਜਬਾਜ਼ ਤਾਂ ਇੱਕ ਅਗਵਾਈ ਕਰ ਸਕਦੇ ਆ, ਉਹ ਸਾਡੇ ਆਗੂ ਹੈ। ਜੇ ਆਪਾਂ ਨੇ ਸਾਥ ਨਾ ਦਿੱਤਾ ਤਾਂ ਮੋਰਚਾ ਸਿਰੇ ਨਹੀਂ ਚੜ੍ਹਨਾ। ਪੰਜਾਬੀ ਹੁਣ ਅਗਲਿਆਂ ਨੇ ਮਾਰੀ ਹੈ ਲਲਕਾਰ, ਹੁਣ ਪੰਜਾਬੀਆਂ ਦਾ ਦੇਖਦੇ ਹਾਂ ਵੀ ਖੂਨ ਕਿੰਨਾ ਕੁ ਚਿੱਟਾ ਹੋਇਆ, ਜਾਂ ਹਜੇ ਵੀ ਜ਼ਮੀਰਾਂ ਜਾਗਦੀਆਂ ਨੇ, ਜਾਂ ਅਣਖਾਂ ਗੈਰਤਾਂ ਹੈਗੀਆਂ ਨੇ। ਦੂਜੇ ਧਰਮਾਂ ਨੂੰ ਬਚਾਉਣ ਦੀ ਲੜਾਈ ਦੇ ਵਿੱਚ ਸਾਡੇ ਪੰਜਾਬੀ ਅੱਗੇ ਰਹੇ ਨੇ, ਸਾਡੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਦੂਜਿਆਂ ਨੂੰ ਬਚਾਉਣ ਦੇ ਲਈ। ਅੱਜ ਆਪਦੇ ਆਪ ਨੂੰ ਬਚਾਉਣ ਦੇ ਲਈ ਜੇ ਅਸੀਂ ਲੁਕਾਂਗੇ, ਘਰਾਂ ਦੇ ਵਿੱਚ ਵੜਾਂਗੇ, ਤਾਂ ਸਾਡੇ ਤੋਂ ਵੱਡਾ ਕੋਈ ਡਰਪੋਕ ਨਹੀਂ। ਪੰਜਾਬੀਓ, ਹੁਣ ਇਹ ਸੋਚ ਲਿਓ ਕਿ ਘਰਾਂ 'ਚ ਵੜਨਾ, ਘਰਾਂ 'ਚ ਵੜ ਕੇ ਮਰਨਾ, ਜਾਂ ਜੂਝ ਕੇ ਸੰਘਰਸ਼ ਕਰਕੇ ਆਪਦੇ ਜਵਾਕਾਂ ਦੀ ਜ਼ਿੰਦਗੀ ਬਣਾਉਣੀ ਹੈ, ਪੰਜਾਬ ਬਚਾਉਣਾ, ਪੰਜਾਬ ਦਾ ਫਿਊਚਰ ਬਚਾਉਣਾ। ਗੱਲਾਂ 2 ਨੇ ਭਰਾਵੋ, ਸਾਫ ਸਾਫ ਜੀਆਂ। 3 ਤਰੀਕ ਨੂੰ ਬੰਨ ਮਾਰਨ ਜਾ ਰਹੇ ਹਾਂ ਲੁਧਿਆਣੇ ਦੇ ਵਿੱਚ, ਜਿਹੜਾ ਡੈਂਗ ਫੈਕਟਰੀਆਂ ਦਾ ਗੰਦਾ ਪਾਣੀ ਬੁੱਢੇ ਨਾਲੇ ਦੇ ਵਿੱਚ ਸਿੱਟਿਆ ਜਾ ਰਿਹਾ, ਅਤੇ ਉਹ ਬੁੱਢੇ ਨਾਲੇ ਦਾ ਪਾਣੀ ਕੈਮੀਕਲ ਵਾਲਾ ਸਤਲੁਜ ਦੇ ਵਿੱਚ ਰਲ ਰਿਹਾ, ਅਤੇ ਉਹੀ ਪਾਣੀ ਅਸੀਂ ਪੀਂਦੇ ਹਾਂ। ਅਤੇ ਭਰਾਵੋ, ਜੇ ਤਾਂ ਪੰਜਾਬ ਬਚਾਉਣਾ, ਤੁਸੀਂ ਬਚਣਾ, ਤਾਂ ਫਿਰ ਘਰਾਂ 'ਚ ਨਿਕਲ ਆਇਓ ਪਾਰਟੀਆਂ ਬਾਜ਼ੀਆਂ ਨੂੰ ਘਰਾਂ 'ਚ ਹੀ ਛੱਡ ਕੇ। ਕੋਈ ਝਾੜੂ ਵਾਲਾ, ਕੋਈ ਕਾਂਗਰਸੀ ਹੈ,
ਕੋਈ ਅਕਾਲੀ ਹੈ, ਕੋਈ ਬੀਜੇਪੀ ਵਾਲਾ ਜਾਂ ਕਿਸੇ ਹੋਰ ਪਾਰਟੀ ਵਾਲਾ। ਪਾਣੀ ਭਰਾਵੋ ਸਾਰਿਆਂ ਨੇ ਪੀਣਾ। ਪਾਣੀ ਜਿਹੜਾ ਗੰਧਲਾ ਪਾਣੀ ਹੈ, ਜਿਹਨੇ ਤੁਹਾਨੂੰ ਕੈਂਸਰ ਦੇਣਾ, ਕਾਲੇ ਪੀਲੀਏ ਦੇਣੇ ਨੇ, ਚਮੜੀ ਦੇ ਰੋਗ ਦੇਣੇ ਨੇ, ਉਹਨੇ ਇਹ ਨਹੀਂ ਪੁੱਛਣਾ ਕਿ ਤੁਸੀਂ ਝਾੜੂ ਵਾਲੇ ਹੋ, ਤੁਹਾਡੀ ਸਰਕਾਰ ਹੈ, ਤੁਹਾਨੂੰ ਮੈਂ ਕੁਛ ਨਹੀਂ ਕਹਿੰਦਾ। ਉਹਨੇ ਇਹ ਨਹੀਂ ਪੁੱਛਣਾ ਵੀ ਤੁਸੀਂ ਬੀਜੇਪੀ ਵਾਲੇ ਹੋ, ਤੁਸੀਂ ਸੈਂਟਰ 'ਚੋਂ, ਤੁਹਾਨੂੰ ਮੈਂ ਕੈਂਸਰ ਨਹੀਂ ਹੋਣ ਦਿੰਦਾ, ਜਾਂ ਵੀ ਤੁਸੀਂ ਅਕਾਲੀ ਹੋ, ਤੁਹਾਡੇ ਘਰ ਮੈਂ ਕਾਲਾ ਪੀਲੀਆਂ ਨਹੀਂ ਵੜਨ ਦਿੰਦਾ, ਜਾਂ ਕਾਂਗਰਸੀ ਹੋ, ਤੁਹਾਨੂੰ ਮੈਂ ਚਮੜੀ ਦੇ ਰੋਗ ਨਹੀਂ ਹੋਣ ਦਿੰਦਾ। ਭਰਾਵੋ ਜਿਹੜਾ ਪਾਣੀ ਗੰਦਾ ਇਹਨਾਂ ਨੇ ਕੀਤਾ ਡੈਂਗ ਫੈਕਟਰੀਆਂ ਵਾਲਿਆਂ ਨੇ, ਜਿਹੜਾ ਲੁਧਿਆਣੇ ਦਾ ਸਾਰਾ ਸੀਵਰੇਜ ਦਾ ਪਾਣੀ ਬੁੱਢੇ ਨਾਲੇ 'ਚ ਆਉਂਦਾ ਅਤੇ ਉਹ ਗਾਂ ਸਤਲੁਜ 'ਚ ਆਉਂਦਾ ਅਤੇ ਉਹ ਅਸੀਂ ਪੀਂਦੇ ਹਾਂ, ਉਹਦੇ ਕਰਕੇ ਅਸੀਂ ਸਾਰੇ ਹੀ ਮਰਾਂਗੇ। ਇਸ ਕਰਕੇ ਭਰਾਵੋ ਪਾਰਟੀਬਾਜ਼ੀਆਂ ਨੂੰ ਛੱਡ ਕੇ, ਇਹ ਮੋਰਚਾ ਇਕੱਲੇ ਲੱਖੇ ਸਿਧਾਣੇ ਦਾ ਨਹੀਂ ਹੈ, ਉਹ ਇੱਕ ਆਗੂ ਹੈ, ਅਗਵਾਈ ਕਰ ਰਿਹਾ, ਕਿਉਂਕਿ ਉਹਦੇ ਅੰਦਰ ਤੜਫ ਹੈ, ਉਹ ਤੋਂ ਬੈਠਿਆ ਨਹੀਂ ਜਾ ਰਿਹਾ ਘਰੇ ਲੋਕਾਂ ਵਾਂਗੂ, ਜਿਵੇਂ ਲੋਕ ਆਹ ਸਾਡੇ ਲੀਡਰ ਨੇ ਪਾਵਰਾਂ ਲੈ ਲਿਆ ਘਰਾਂ 'ਚ ਬਹਿ ਗਏ, ਕਰਨਾ ਕੱਖ ਨਹੀਂ। ਬਠਿੰਡਿਆਂ ਨੇ ਹਰਸਿਮਰਤ ਜਿਤਾਈ ਸੀ, ਕੀ ਕਰਤਾ, ਕਿਹੜਾ ਮੁੱਦਾ ਚੱਕ ਲਿਆ, ਕਿਹੜਾ ਬਠਿੰਡੇ ਨੂੰ ਚੰਗਾ ਕੰਮ ਦੇਤਾ, ਉਹ ਲੱਖਾ ਹੈ ਵਿਚਾਰਾ, ਉਹ ਫਿਰਦਾ ਦਿਨ ਰਾਤ ਇੱਕ ਕਰੀ। ਇਸ ਕਰਕੇ ਭਰਾਵੋ ਇਹ ਨਾ ਸੋਚਿਓ ਕਿ ਇਹਦਾ ਯਾਰ ਲੱਖੇ ਸਿਧਾਣੇ ਦਾ ਕੰਮ ਹੈ, ਲੱਖੇ ਦਾ ਕੰਮ ਨਹੀਂ ਹੈ ਪੰਜਾਬੀਓ, ਇਹ ਸਾਡਾ ਸਾਰਿਆਂ ਦਾ ਕੰਮ ਹੈ, ਪਾਰਟੀਬਾਜ਼ੀਆਂ ਤੋਂ ਉੱਪਰ ਉੱਠ ਕੇ ਆਉਣ ਦਾ ਕੰਮ ਹੈ। ਇਹ ਮੇਰੀ ਅਪੀਲ ਨੂੰ ਸੁਣ ਲਿਓ, ਸ਼ੇਅਰ ਕਰ ਦਿਓ ਜਿਹੜੇ ਭਰਾ ਸੁਣ ਰਹੇ ਨੇ, ਅਤੇ ਭਰਾਵੋ 3 ਤਰੀਕ ਨੂੰ ਫਿਰ ਪੈਰ ਜੁੱਤੀ ਨਾ ਪਾਇਓ। ਪੰਜਾਬੀਆਂ ਨੇ ਲਲਕਾਰਾ ਕਿਸੇ ਦਾ ਅੱਜ ਤੱਕ ਸਿਆ ਨਹੀਂ, ਲਲਕਾਰੇ ਮਾਰੇ ਜ਼ਰੂਰ ਨੇ, ਇਸ ਕਰਕੇ ਪਿੱਛੇ ਹਟਣ ਦਾ ਤਾਂ ਕੰਮ ਹੀ ਨਹੀਂ। ਭਰਾਵੋ ਆ ਜਾਓ 3 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ, ਆ ਜਿਹੜੀ ਧਮਕੀ ਦਿੱਤੀ ਹੈ ਨਾ ਆ ਡੈਂਗ ਫੈਕਟਰੀਆਂ ਦੇ ਮਾਲਕਾਂ ਨੇ ਵੀ ਅਸੀਂ ਪ੍ਰਵਾਸੀਆਂ ਨੂੰ ਮੂਹਰੇ ਲਿਆ ਕੇ ਖੜਾ ਕਰ ਦਾਂਗੇ ਜੇ ਅਸੀਂ ਐਂ ਕਰ ਦਾਂਗੇ ਵੋ ਕਰ ਦਾਂਗੇ, ਪਰ ਇਹਨਾਂ ਨੂੰ ਸਬਕ ਸਿਖਾਉਣਾ ਹੀ ਪੈਣਾ ਬਾਈ। ਆ ਜਾਓ, ਇਹ ਕਹਿੰਦੇ ਨਾਲੇ ਕੁੱਟਾਂਗੇ, ਨਾਲੇ ਬੰਨ ਨਹੀਂ ਮਾਰ ਦਿੰਦੇ, ਨਾਲੇ ਤੁਹਾਨੂੰ ਜ਼ਹਿਰਾਂ ਦੇਵਾਂਗੇ, ਅਤੇ ਨਾਲੇ ਤੁਹਾਨੂੰ ਬੋਲਣ ਨਹੀਂ ਦਿੰਦੇ, ਅਤੇ ਨਾਲੇ ਤੁਹਾਡੇ ਸਾਹਮਣੇ ਪ੍ਰਵਾਸੀ ਲਿਆ ਕੇ ਖੜੇ ਕਰਾਂਗੇ। ਹੁਣ ਇਹ ਚੀਜ਼ਾਂ 'ਤੇ ਖੜੇ ਹੋਣਾ, ਡਰ ਕੇ ਘਰਾਂ 'ਚ ਵੜਨਾ, ਡਰਪੋਕ ਬਣਨਾ, ਜਾਂ ਫਿਰ ਹਰੀ ਸਿੰਘ ਨਲੂਏ ਮਹਾਰਾਜਾ ਰਣਜੀਤ ਸਿੰਘ ਉਹਨਾਂ ਨਾਲ ਰਾਜ ਯਾਦ ਕਰਕੇ ਅੱਗੇ ਨੂੰ ਵਧਣਾ। ਆਪਾਂ ਰਾਜੇ ਸੀ ਰਾਜੇ, ਅਤੇ ਅੱਜ ਮੰਗ 'ਤੇ ਬਣ ਕੇ ਰਹਿ ਗਏ ਹਾਂ। ਪੰਜਾਬੀ ਉਹ ਰਾਜੇ ਤਾਂ ਬਣਿਆ ਜਾਣਾ ਜੇ ਘਰਾਂ ਦੇ ਵਿੱਚੋਂ ਉੱਠ ਕੇ ਸੰਘਰਸ਼ ਕਰੋਗੇ, ਲੜੋਗੇ। ਇਹ ਲੜਾਈ ਲੜਨੀ ਪੈਣੀ ਹੈ, ਸਰਕਾਰ ਦੀਆਂ ਅੱਖਾਂ ਖੋਲ੍ਹਣੀਆਂ ਪੈਣੀਆਂ ਨੇ। ਇਹੀ ਭਗਵੰਤ ਮਾਨ, ਇਹੀ ਇਹਨਾਂ ਦੇ ਮੰਤਰੀ ਕਦੇ ਬੁੱਢੇ ਨਾਲੇ 'ਤੇ ਆ ਕੇ ਕਹਿੰਦੇ ਹੁੰਦੇ ਸੀ ਉਹ ਗੰਦ ਪਾਤਾ ਪੰਜਾਬ ਮਰ ਗਿਆ, ਅੱਜ ਇਹ ਕੁਰਸੀਆਂ 'ਤੇ ਬਹਿ ਕੇ ਇਹਨਾਂ ਨੂੰ ਦੇਖ ਨਹੀਂ ਰਿਹਾ। ਇਹਨਾਂ ਨੂੰ ਚੜਾਵੇ ਚੜਾਏ ਜਾਂਦੇ ਆ, ਮੋਟੇ ਫੈਕਟਰੀਆਂ ਵਾਲਿਆਂ ਨੇ ਚੜਾਤੇ ਹੋਣੇ, ਤਾਂ ਹੀ ਇਹ ਉਹਨਾਂ ਦੇ ਪੱਖ ਦੀ ਗੱਲ ਕਰਨਗੇ ਅਤੇ ਟਕਰਾਅ ਪੈਦਾ ਕਰਨਗੇ। ਪਰ ਪੰਜਾਬੀਓ, ਜੇ ਤੁਹਾਡੀ ਵੱਡੀ ਗਿਣਤੀ ਹੋਈ ਤਾਂ ਕਿਸੇ ਦੀ ਮਜਾਲ ਨਹੀਂ ਕੋਈ ਖੰਘ ਜੇ। ਆ ਜਾਓ ਬਾਈ, 3 ਤਰੀਕ ਨੂੰ ਉਡੀਕਾਂਗੇ ਲੁਧਿਆਣੇ, ਬੁੱਢੇ ਨਾਲੇ 'ਤੇ ਬੰਨ ਮਾਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।